biggest South Asian media group, Y Media. ਕਿ ਕੈਨੇਡਾ ਦੇ ਵਿੱਚ ਪਹਿਲਾ ਐਸਾ ਮੌਕਾ ਹੋਏਗਾ ਕਿ ਇੱਕ ਮਹਿਲਾ ਜਿਹੜੀ ਹੈ ਕੈਨੇਡਾ ਦੀ ਆਰਮਡ ਫੋਰਸਿਸ ਨੂੰ ਕਮਾਂਡ ਕਰਨਗੇ। ਅਸੀਂ ਖਬਰ ਤੁਹਾਨੂੰ ਪਹਿਲਾਂ ਹੀ ਸਾਂਝੀ ਕਰ ਚੁੱਕੇ ਹੈਗੇ ਹਾਂ। ਲੈਫਟੀਨੈਂਟ ਜਨਰਲ ਜੈਨੀ ਕੈਰੀਗਨ ਅੱਜ ਆਫੀਸ਼ੀਅਲੀ ਕਮਾਂਡ ਜਿਹੜਾ ਟੇਕ ਓਵਰ ਕਰਨਗੇ ਸਾਡੀ ਆਰਮਡ ਫੋਰਸਿਸ ਦਾ। ਓਟਵਾ ਦੇ ਵਿੱਚ ਇੱਕ ਬੜੀ ਜ਼ਬਰਦਸਤ ਸੈਰੇਮਨੀ ਅੱਜ ਆਰਗਨਾਈਜ਼ ਕੀਤੀ ਜਾ ਰਹੀ ਹੈ ਕੈਨੇਡੀਅਨ ਵਾਰ ਮਿਊਜ਼ੀਅਮ ਇਨ ਓਟਵਾ। ਸੋ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੀਆਂ ਪੂਰੀਆਂ ਡਿਟੇਲਸ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।